ਕਿ ਤੜਕੇ 5 ਵਜੇ ਆ ਗਿਆ ਸਲਮਾਨ ਖਾਨ ਦਾ ਫੋਨ ਜੇਲ ਚੋਂ, ਕਹਿੰਦਾ ਕੀ ਹਾਲ ਆ, ਮੈਂ ਠੀਕ ਠਾਕ। ਮੈਂ ਕਿਹਾ ਕਿੰਨੇ ਲਈ ਠੋਕਦਾ ਅੰਦਰ? ਕਹਿੰਦਾ 5 ਸਾਲਾਂ ਲਈ। ਮੈਂ ਬੜਾ ਭੈਣ ਮਾੜਾ ਕੰਮ ਹੋਇਆ ਯਾਰ। ਕਹਿੰਦਾ ਹਾਂ। ਮੈਂ ਚੱਲ ਹੈਗੇ ਨੇ ਆਪਣੇ ਯਾਰ ਬੇਲੀ ਉਹਨਾਂ ਕੋਲ ਰਹੀ ਜੇਲ੍ਹ 'ਚ। ਕਹਿੰਦਾ ਠੀਕ ਹੈ। ਅਤੇ ਉਹ ਮੈਨੂੰ ਦੱਸਣ ਲੱਗਾ, ਕਹਿੰਦਾ ਹਾਂ ਤੈਨੂੰ ਮੈਂ ਗੱਲ ਦੱਸਦਾ। ਕਹਿੰਦਾ ਮੈਂ ਹੁਣੇ ਆਸਾ ਰਾਮ ਕੋਲੋਂ ਆਇਆ। ਮੈਂ ਕਿਹਾ ਕਿਵੇਂ? ਹਾਂ ਕੀ ਕਹਿੰਦਾ ਉਹ? ਕਹਿੰਦਾ ਉਹ ਮੈਨੂੰ ਪੁੱਛਦਾ, ਕਹਿੰਦਾ ਤਾਂ ਕੀ ਮਾਰਿਆ? ਕਹਿੰਦਾ ਮੈਂ ਖੈਰ ਮੈਂ ਤਾਂ ਹਿਰਨ ਮਰ ਗਿਆ ਸੀ ਕਾਲਾ, ਮੈਂ ਤਾਂ ਹਿਰਨ ਮਾਰਿਆ। ਕਹਿੰਦਾ ਮੈਂ ਪੁੱਛਿਆ ਵੀ ਤੈਨੂੰ ਜੇਲ੍ਹ ਕਿੰਨੇ ਸਾਲ ਦੀ? ਕਹਿੰਦਾ ਮੈਨੂੰ 20 ਸਾਲ ਦੀ। ਕਹਿੰਦਾ ਤਾਂ ਕੀ ਮਾਰਿਆ? ਕਹਿੰਦਾ ਕਾਕਾ, ਕਹਿੰਦਾ ਤੈਨੂੰ ਮੈਂ ਰਾਤ ਨੂੰ ਦੱਸੂ ਮੈਂ ਕੀ ਮਾਰਿਆ। ਕਹਿੰਦਾ ਫਿਰ ਬਜਾਰੇ ਨਾਲ ਧੱਕਾ ਹੋਊਗਾ ਰਾਤ ਨੂੰ। ਹੁਣ ਬਾਬੇ ਕੀ ਪਤਾ ਹੁਣ ਰਾਤ ਨੂੰ ਦੱਸੂ ਸਲਮਾਨ ਖਾਨ ਨੂੰ ਕੀ ਮਾਰਿਆ। ਬਹੁਤ ਬੁਰੀ ਹੋਣੀ ਹੈ ਸਲਮਾਨ ਖਾਨ। ਮੈਂ ਉਹਨੂੰ ਇਹ ਗੱਲ ਦੱਸਦਾ ਵੀ ਚੱਲ ਉਹਦੇ ਕੋਲ ਤਾਂ ਵਗ ਗਿਆ, ਕੀ ਇਹਦਾ ਨਾ ਕੀ ਆਸਾ ਰਾਮ ਕੋਲ ਤਾਂ ਚੱਲ ਕੋਈ ਗੱਲ ਨੀ, ਤਾਂ ਬੁੜਾ ਹੋਇਆ ਪਿਆ। ਮੈਂ ਕਿਹਾ ਦੂਜੇ ਬਾਬੇ ਕੋਲ ਨਾ ਵਗ ਜੀ ਕਿਤੇ, ਚਿੜ ਭੁੰਡਿਆ ਕੱਢ ਦੂ ਤੇਰੇ ਧੁੱਕੀਆਂ ਉਹ ਪਿਆ ਜੰਗ ਪੂਰਾ। ਸਹੀ ਗੱਲ ਆ, ਤੇਰੇ ਧਰਨ ਪਾ ਦੂ। ਹਾਂ ਜੰਗ ਬਲਾਡਾ ਬਾਅਦ ਚ ਢੁੱਡਰੀ ਪੈ ਗਈ, ਨਾ ਢੁੱਡੀ ਕੱਢ ਰਹੀ ਉੱਥੇ ਕਿਸੇ ਨੇ ਜੇਲ੍ਹ ਚ ਤੇਰੇ ਫੇਫੜੇ ਤਾਂ ਚੱਕ ਦੂ।